ਪੰਜਾਬ ਅਤੇ ਪੰਥ ਦੀ ਧਾਰਮਿਕ, ਸਮਾਜਿਕ, ਰਾਜਨੀਤਿਕ, ਆਰਥਿਕ ਬੇਚੈਨੀ ਨੂੰ ਲੈ ਕੇ ਹਰ ਪੰਜਾਬੀ ਤੇ ਹਰ ਪੰਥਕ ਸੇਵਾ ਕਰਨ ਵਾਲਾ ਸੇਵਾਦਾਰ ਕਿਤੇ ਨਾ ਕਿਤੇ ਚਿੰਤਤ ਦਿਖਾਈ ਜ਼ਰੂਰ ਦਿੰਦਾ। ਜਿੱਥੇ ਸਾਡੇ ਵਡਪੁਰਖਿਆਂ ਨੇ ਸਾਨੂੰ ਇਹਨਾਂ ਚਿੰਤਾਵਾਂ ਨੂੰ ਖਤਮ ਕਰਨ ਵਾਸਤੇ ਚਿੰਤਾ ਦੀ ਬਜਾਏ ਚਿੰਤਨ ਕਰਨ ਦੀ ਦਾਤ ਬਖਸ਼ੀ, ਉਹ ਚਿੰਤਨ ਕਰਦਿਆਂ ਅੱਜ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਖਾਲਸੇ ਦੀ ਜਿੱਥੇ ਕਲਗੀਧਰ ਪਿਤਾ ਨੇ ਸਿਰਜਣਾ ਕੀਤੀ, ਅੱਜ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਕਿ ਉਸ ਥਾਂ 'ਤੇ ਅਸੀਂ ਸਾਰੇ ਪੰਜਾਬ ਅਤੇ ਪੰਥ ਦੇ ਭਲੇ ਲਈ ਅਰਦਾਸ ਕਰਕੇ ਆਏ ਕਿ ਜਿਹੜਾ ਪੰਜਾਬ ਕਰਤਾਰਪੁਰ ਦੇ ਨਮੂਨੇ ਨੂੰ ਲੈ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਕਸ਼ੇ ਕਦਮ ਚੱਲਦਿਆਂ ਬੇਗਮਪੁਰੇ ਦੀ ਨੀਂਹ ਰੱਖਣ ਵਾਸਤੇ ਅਨੰਦਪੁਰ ਸਾਹਿਬ ਵਿਖੇ ਖਾਲਸੇ ਦੀ ਸਾਜਨਾ ਕਰਦਾ ਹੈ, ਫਿਰ ਵਡਪੁਰਖਿਆਂ ਦੇ ਨਕਸ਼ੇ ਕਦਮ ਚੱਲ ਕੇ ਕਦੇ ਬਾਬਾ ਬੰਦਾ ਸਿੰਘ ਬਹਾਦਰ, ਕਦੇ ਨਵਾਬ ਕਪੂਰ ਸਿੰਘ ਅਤੇ ਕਦੇ ਸ਼ੇਰੇ ਪੰਜਾਬ ਬਣ ਕੇ ਬੇਗਮਪੁਰੇ ਵਾਲੇ ਹਲੇਮੀ ਰਾਜ ਦੀ ਸਥਾਪਨਾ ਕਰਦਾ ਹੈ। ਉਹ ਰਾਜ ਜਿਹੜਾ ਸਮੁੱਚੀ ਮਾਨਵਤਾ ਲਈ ਇੱਕ ਸੁਖਦਾਇਕ ਰਾਜ ਬਣਿਆ, ਜਿੱਥੇ ਸਭੇ ਸਾਂਝੀਵਾਲ ਸਦਾਇਨ, ਮਾਨਸ ਕੀ ਜਾਤ ਸਭੈ ਇੱਕ ਪਹਿਚਾਨਵੋ, ਕਿਰਤ ਕਰਨ ਨਾਮ ਜਪਣ ਵੰਡ ਛਕਣ, ਔਰ ਨਾਮ ਜਪਣ ਦੇ ਵਿੱਚ ਜਿਸਨੇ ਭਰੋਸਾ ਰੱਖਿਆ, ਜਿਸ ਪੰਜਾਬ ਨੇ ਹਰੇਕ ਦੀ ਅਖਿਆਈ ਵੇਲੇ ਹਰੇਕ ਦੇ ਦੁੱਖ ਸੁੱਖ ਦੇ ਵਿੱਚ ਆਪਣਾ ਯੋਗਦਾਨ ਪਾਇਆ, ਔਰ ਅੱਜ ਉਸ ਪੰਜਾਬ ਦੇ ਵਾਸੀ ਅਤੇ ਪੰਥ ਦੇ ਸੇਵਾਦਾਰ ਬੇਚੈਨ ਇਸ ਕਰਕੇ ਨੇ, ਉਹਨਾਂ ਦੇ ਨਾਲ ਧਾਰਮਿਕ ਤੌਰ 'ਤੇ, ਸਮਾਜਿਕ ਤੌਰ 'ਤੇ, ਆਰਥਿਕ ਤੌਰ 'ਤੇ, ਰਾਜਨੀਤਿਕ ਤੌਰ 'ਤੇ ਹਰ ਤਰ੍ਹਾਂ ਦਾ ਧੱਕਾ, ਬੇਇਨਸਾਫ਼ੀ, ਉਹਨਾਂ ਦੇ ਸਿਰ 3.5 ਕਰੋੜ ਦਾ ਕਰਜ਼ਾ ਮੜ ਦਿੱਤਾ ਗਿਆ, ਔਰ ਉੱਥੋਂ ਦੀ ਜਵਾਨੀ ਕਿਸਾਨੀ ਬਰਬਾਦ ਕਰਨ ਦੇ ਜਿਹੜੇ ਬੰਨ ਨੂੰ ਬੰਨੇ ਗਏ, ਔਰ ਇੱਥੋਂ ਤੱਕ ਮਹਿੰਗਾਈ ਉਹ ਸਿਰ 'ਤੇ ਚੜ੍ਹ ਕੇ ਅੱਜ ਬੋਲ ਰਹੀ ਹੈ, ਹਰ ਬੰਦਾ ਮਹਿੰਗਾਈ ਦੇ ਥੱਲੇ ਦੱਬਿਆ ਨਜ਼ਰ ਆ ਰਿਹਾ ਹੈ। ਇੱਥੇ ਦਾ ਪੌਣ ਪਾਣੀ ਧਰਤੀ ਬਰਬਾਦ ਕੀਤਾ ਜਾ ਰਿਹਾ ਹੈ, ਨਸ਼ਾ, ਕਰਜ਼ਾ, ਬੇਰੁਜ਼ਗਾਰੀ, ਬੇਇਨਸਾਫ਼ੀ ਸਿਰ 'ਤੇ ਚੜ੍ਹ ਕੇ ਬੋਲ ਰਹੀ ਹੈ, ਔਰ ਜਿਹੜੇ ਲੋਕ ਦੋਸ਼ ਕਰਨ ਵਾਲੇ ਨੇ, ਦੋਸ਼ੀ ਨੇ, ਉਹਨਾਂ ਨੂੰ ਹੱਲਾਸ਼ੇਰੀ ਮਿਲ ਰਹੀ ਹੈ। ਜਮਹੂਰੀਅਤ, ਕਾਨੂੰਨ, ਸੰਵਿਧਾਨ ਸਭ ਨੂੰ ਸਿੱਕੇ ਟੰਗਿਆ ਹੋਇਆ ਹੈ, ਔਰ 4 ਸਾਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਲਈ ਅਸੀਂ ਵੀ ਇੱਕ ਮੋਰਚਾ ਲਾਈ ਬੈਠੇ ਹਾਂ ਪੰਥਕ ਹੋਕੇ ਦੇ ਰੂਪ ਵਿੱਚ। ਕੋਈ ਬੰਦੀ ਸਿੰਘਾਂ ਲਈ ਮੋਰਚਾ ਲਾਈ ਬੈਠਾ ਹੈ, ਕੋਈ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਬੈਠਾ ਹੈ, ਕੋਈ ਨੌਕਰੀਆਂ ਦੀ ਭਾਲ ਵਿੱਚ ਬੈਠਾ ਹੈ, ਪਰ ਕਿਸੇ ਦੀ ਕੋਈ ਸੁਣਵਾਈ ਨਹੀਂ। ਆਓ ਅੱਜ ਅਸੀਂ ਅਨੰਦਪੁਰ ਸਾਹਿਬ ਜਿਹੜੀ ਬੇਚੈਨੀ ਨੂੰ ਦੂਰ ਕਰਨ ਵਾਸਤੇ ਅਰਦਾਸ ਕੀਤੀ ਹੈ, ਉਹਦੇ ਲਈ ਅਸੀਂ ਅੱਜ ਇੱਕ ਲਕੀਰ ਖਿੱਚ ਰਹੇ ਹਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਮੁੜ ਉੱਠੀ ਆਵਾਜ਼, ਆਓ ਸਿਰਜੀਏ ਨਵਾਂ ਪੰਜਾਬ, ਆਓ ਸਿਰਜੀਏ ਨਵਾਂ ਪੰਜਾਬ, ਪੰਜਾਬ ਪੰਜਾਬੀ ਅਤੇ ਪੰਜਾਬੀਅਤ ਲਈ
ਅੱਜ ਅਸੀਂ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਪੰਜਾਬੀਆਂ ਨੂੰ ਵੰਗਾਰ ਪਾਉਂਦੇ ਹਾਂ। ਉਹ ਵੰਗਾਰ ਪੰਜਾਬ ਬਚਾਓ ਪੰਜਾਬ ਜਿਤਾਓ ਦੀ ਹੈ ਤੇ ਸਾਰਿਆਂ ਨੂੰ ਅੱਜ ਅਸੀਂ ਉਸੇ ਤਹਿਤ ਆਨੰਦਪੁਰ ਸਾਹਿਬ ਜੀ ਦੀ ਧਰਤੀ ਲੋਕ ਸਭਾ ਹਲਕਾ 2024 ਤੁਹਾਡੇ ਸਾਹਮਣੇ ਹੈ ਤੇ ਹਰ ਬੰਦਾ ਸੋਚਦਾ ਹੈ ਸਾਡਾ ਸਿਆਸੀ ਪਾਰਟੀ ਤੇ ਸਿਆਸੀ ਲੀਡਰਾਂ ਤੋਂ ਭਰੋਸਾ ਉੱਠ ਚੁੱਕਾ ਹੈ। ਕੁਝ ਨੋਟਾ ਦੱਬਣ ਦੀ ਤਿਆਰੀ 'ਚ ਨੇ ਤੇ ਕੁਝ ਬਾਈਕਾਟ ਕਰਨ ਦੀ ਤਿਆਰੀ 'ਚ ਨੇ। ਪੰਜਾਬ ਵਾਸੀਓ, ਨਾ ਤੇ ਨੋਟਾ ਦੱਬਿਓ ਨਾ ਬਾਈਕਾਟ ਕਰਿਓ। ਅਸੀਂ ਪੰਜਾਬ ਲਈ ਲੜਨਾ ਹੈ, ਅਸੀਂ ਪੰਜਾਬ ਲਈ ਜੂਝਣਾ ਹੈ ਤੇ ਤੁਸੀਂ ਕਹੋਗੇ ਕਿ ਫਿਰ ਅਸੀਂ ਵੋਟ ਕਿੱਥੇ ਪਾਈਏ। ਉਸ ਵਾਸਤੇ ਅੱਜ ਅਸੀਂ ਹੱਲ ਕੱਢਣ ਲਈ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਸ਼ੁਰੂਆਤ ਕਰਨ ਲੱਗੇ ਹਾਂ। ਸਭ ਤੋਂ ਪਹਿਲੀ ਸ਼ੁਰੂਆਤ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੋਂ। ਯਾਦ ਕਰਿਓ ਕਦੇ 29 ਮਾਰਚ ਦਾ ਦਿਨ ਸੀ 1849, ਜਿੱਥੇ ਸਰਕਾਰ ਖਾਲਸਾ ਤੇ ਦਰਬਾਰ ਖਾਲਸਾ, ਇਹ ਕਹਿ ਲਈਏ ਲੋਕ ਸੇਵਕ ਰਾਜ ਦੀ ਆਖਰੀ ਬੈਠਕ ਹੋਈ। ਉਦੋਂ ਬਾਅਦ ਉਹ ਦੀਵਾਨ ਕਦੇ ਲੱਗੇ ਨਹੀਂ, ਪਰ ਅੱਜ ਅਸੀਂ 29 ਮਾਰਚ ਨੂੰ ਸ਼ੁਰੂਆਤ ਕਰਨਾ ਚਾਹੁੰਦੇ ਸਾਂ। ਖੈਰ, ਚਲੋ, ਗੁਰੂ ਨੇ ਅੱਜ ਸਾਨੂੰ 1 ਅਪ੍ਰੈਲ 2024 ਨੂੰ ਇਹ ਸਮਾਂ ਬਖਸ਼ਿਆ ਹੈ। ਅੱਜ ਅਸੀਂ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੋਂ ਸਿੱਖਾਂ ਤੇ ਪੰਜਾਬ ਵਾਸੀਆਂ ਦੀ ਅਸੀਸ ਨਾਲ, ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਨਾਲ, ਭਾਈ ਅਵਤਾਰ ਸਿੰਘ ਜੀ ਨਗਲਾ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਅਸੀਂ ਐਲਾਨ ਕਰਦੇ ਹਾਂ। ਇਹਨਾਂ ਦਾ ਚਿਹਰਾ ਲੈ ਕੇ ਆ ਰਹੇ ਹਾਂ, ਇਹ ਸ਼ਹੀਦਾਂ ਦੇ ਪਰਿਵਾਰ ਵਿੱਚੋਂ ਹੈ ਔਰ ਇਹਨਾਂ ਨੇ ਪੰਜਾਬ ਦੇ ਹਿੱਤਾਂ ਦੇ ਖਾਤਰ, ਪੰਜਾਬ ਦੀ ਦਲਾਲੀ ਕਰਨ ਵਾਲੇ ਲੀਡਰਾਂ ਦੇ ਖਿਲਾਫ ਭ੍ਰਿਸ਼ਟ ਅਫਸਰ, ਭ੍ਰਿਸ਼ਟ ਪ੍ਰਸ਼ਾਸਨ ਤੇ ਭ੍ਰਿਸ਼ਟ ਸਰਕਾਰਾਂ ਦੇ ਖਿਲਾਫ ਲੜਾਈ ਲੜਦਿਆਂ 70 ਫੁੱਟ ਸਫੈਦਿਆਂ ਤੇ ਉੱਚੇ ਬੈਠ ਕੇ 29 ਦਿਨ ਧਰਨਾ ਦਿੱਤਾ। ਜੇ ਕਿਧਰੇ ਲੋੜ ਪਈ ਤੇ ਬਿਜਲੀ ਵਾਲੇ ਖੰਭੇ ਤੱਕ ਚੜ ਗਏ ਤੇ ਜਿਹੜੇ ਮੇਰੇ ਵੀਰ ਡਰਦੇ ਨੇ ਅਖੌਤੀ ਲੀਡਰਾਂ ਤੋਂ ਇਹ ਮਾਰ ਦੇਣਗੇ, ਉਹ ਵੀ ਸੁਣ ਲਿਓ। ਇਹ ਵੀਰ ਬਿਜਲੀ ਦੇ ਖੰਭੇ ਤੇ ਬੈਠਾ ਹੈ, 66 KV ਬੱਤੀ ਚੱਲਦੀ ਔਰ ਉੱਥੇ ਜਦੋਂ ਕੜਾ ਨਾਲ ਲੱਗਿਆ, ਅਸੀਂ ਕੜੇ ਪਾਉਣ ਤੋਂ ਵੀ ਡਰਦੇ, ਕੜਾ ਪਾ ਕੇ ਚੜਿਆ, ਉੱਥੇ ਬੱਤੀ ਪਈ, ਬਲਾਸਟ ਹੋਇਆ, ਲਾਸ਼ ਲਮਕ ਗਈ, ਮਰਿਆ ਘੋਸ਼ਿਤ ਕਰ ਦਿੱਤਾ ਗਿਆ ਮੈਡੀਕਲ ਵੱਲੋਂ ਤੇ ਜਦੋਂ ਗੁਰੂ ਰੱਖਦਾ ਹੈ ਤੇ ਅੱਜ ਫਿਰ ਤੁਹਾਡੇ ਵਿੱਚ ਬੈਠਾ। ਸਵਾਸ ਜਦੋਂ ਗੁਰੂ ਦਿੰਦਾ ਹੈ ਤੇ ਸਿੱਖ ਫਿਰ ਤਹੱਈਆ ਕਰਦਾ, ਸਤਿਗੁਰੂ ਹੁਣ ਤੇਰੇ ਦਿੱਤੇ ਹੋਏ ਸਵਾਸ, ਤੇਰੇ ਪੰਥ ਲਈ ਤੇ ਤੇਰੇ ਵਸਾਏ ਹੋਏ ਪੰਜਾਬ ਲਈ, ਜਿਹੜਾ ਸਮੁੱਚੀ ਦੁਨੀਆਂ ਦਾ ਭਲਾ ਲੋਚਦਾ ਹੈ, ਜ਼ੁਲਮ ਲਈ ਵੰਗਾਰ, ਜ਼ਾਲਮ ਲਈ ਤਲਵਾਰ ਤੇ ਮਜ਼ਲੂਮਾਂ ਲਈ ਪਹਿਰੇਦਾਰ ਬਣ ਕੇ ਜਿਹਨੇ ਹਮੇਸ਼ਾ ਪਹਿਰਾ ਦਿੱਤਾ ਹੈ, ਜਿਹੜੇ ਪੰਜਾਬ ਨੇ
ਮਾਨਸ ਕੀ ਜਾਤ ਸਭ ਹੈ ਇੱਕ ਪਹਿਚਾਨ ਕੋ, ਜਾਤ ਬਰਾਦਰੀ ਦਾ ਕੋੜ ਗਲੋਂ ਲਾ ਕੇ, ਖਾਲਸਾ ਮੇਰੋ ਰੂਪ ਹੈ ਖਾਸ ਹੋਣ ਤੇ ਮਾਣ ਕੀਤਾ ਹੈ। ਉਸ ਪਾਵਨ ਧਰਤੀ ਤੋਂ ਉਸ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇਹ ਪੁੱਤਰ ਬਣ ਕੇ ਭਾਈ ਅਵਤਾਰ ਸਿੰਘ ਨੇ ਜਿਹੜੀਆਂ ਸੇਵਾਵਾਂ ਕੀਤੀਆਂ ਤੇ ਸਾਡੇ ਵੀਰ ਕਹਿ ਰਹੇ ਸਨ ਇਹਨਾਂ ਦਾ ਪਿੰਡ ਨਗਲਾ ਹੈ, ਪਰ ਇਹਨਾਂ ਨੂੰ ਆਉਣ ਵਾਲੇ ਸਮੇਂ ਚ ਗੁਰੂ ਜਿੱਤ ਪ੍ਰਾਪਤ ਬਖਸ਼ੇ, ਇਹਨਾਂ ਨੂੰ ਕਾਮਯਾਬੀ ਬਖਸ਼ੇ, ਇਹ ਪੰਜਾਬ ਤੇ ਪੰਥ ਦੇ ਲੋਕਾਂ ਲਈ ਹਰੀ ਸਿੰਘ ਨਲਵਾ ਬਣ ਕੇ ਸੇਵਾਵਾਂ ਨਿਭਾਉਣ। ਅੱਜ ਅਸੀਂ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੋਂ ਭਾਈ ਅਵਤਾਰ ਸਿੰਘ ਨਗਲਾ ਨੂੰ ਲੋਕ ਸਭਾ 2024 ਵਾਸਤੇ ਐਲਾਨ ਕਰਦੇ ਹਾਂ। ਪੰਜਾਬ ਤੇ ਪੰਥ ਵਾਸੀਓ, ਇਹ ਫੈਸਲਾ ਹੁਣ ਤੁਸੀਂ ਦੇਣਾ ਹੈ, ਇੱਥੇ ਪੰਜਾਬ ਦੇ ਆਗੂ ਕਿਹੜੇ ਹੋਣ ਤੇ ਪੰਜਾਬ ਤੇ ਪੰਥ ਨੂੰ ਪੈਰਾਂ ਸਿਰ ਖੜਾ ਕਰਨ ਵਾਸਤੇ। ਇੱਥੇ ਦਿੱਲੀ ਕਦੇ ਬਦਲਾਅ ਨਹੀਂ ਦੇ ਸਕਦੀ, ਹਮੇਸ਼ਾ ਪੰਜਾਬ ਹੀ ਬਦਲਾਅ ਦਾ ਬਦਲ ਬਣਦਾ ਆਇਆ ਤੇ ਅੱਜ ਪੰਜਾਬ ਦੇ ਵਿੱਚੋਂ ਮੁੜ ਅਨੰਦਪੁਰ ਸਾਹਿਬ ਤੋਂ ਉੱਠੀ ਆਵਾਜ਼, ਆਓ ਸਿਰਜੀਏ ਨਵਾਂ ਪੰਜਾਬ, ਆਓ ਸਿਰਜੀਏ ਨਵਾਂ ਪੰਜਾਬ। ਉਹ ਪੰਜਾਬ ਜਿਹੜਾ ਕੀਰਤਪੁਰ ਸਾਹਿਬ ਦੀ ਧਰਤੀ ਤੇ ਧਾਰਮਿਕ ਤੌਰ ਤੇ ਕੋਈ ਰਾਮ ਆਖਦਾ ਹੈ, ਕੋਈ ਖੁਦਾ ਆਖਦਾ ਹੈ, ਕੋਈ ਅੱਲਾ ਆਖਦਾ ਹੈ, ਖੁਦਾ ਰਹੀਮ ਆਖਦਾ ਹੈ ਤੇ ਸਾਰਿਆਂ ਨੂੰ ਆਪਣੇ ਕਲਾ ਵਿੱਚ ਲਈ ਬੈਠਾ ਸੀ। ਜਿਹੜਾ ਕਰਤਾਰਪੁਰ ਨਮੂਨਾ ਸਮਾਜਿਕ ਤੌਰ ਤੇ ਮਾਨਸ ਕੀ ਜਾਤ ਸਭੇ ਕੇ ਪਹਿਚਾਨ ਬੋ, ਜਿਹੜਾ ਕਰਤਾਰਪੁਰ ਦਾ ਨਮੂਨਾ ਬੇਗਮਪੁਰਾ ਬਣਿਆ, ਸ਼ੇਰੇ ਪੰਜਾਬ ਬਣਿਆ, ਉਹਦੇ ਜੁਡੀਸ਼ਰੀ ਦੇ ਵਿੱਚ ਉਹਦੀ ਸਰਕਾਰ ਦੇ ਅੰਦਰ ਮੁਕਮ ਚੰਦ ਬੈਠੇ ਨੇ, ਅਜੀਜ਼ੂਦੀਨ ਬੈਠੇ ਨੇ, ਉੱਥੇ ਹਰੀ ਸਿੰਘ ਨਲੂਏ ਨੇ, ਉੱਥੇ ਅਕਾਲੀ ਫੂਲਾ ਸਿੰਘ ਸ਼ੇਰੇ ਪੰਜਾਬ ਬੈਠੇ ਨੇ, ਪਰ ਕਿਸੇ ਦੇ ਨਾਲ ਜਾਤੀ ਨਸਲ ਭੇਦ ਭਾਵ ਕੋਈ ਨਹੀਂ। ਉੱਥੇ ਸਾਂਝੀਵਾਲਤਾ ਦਾ ਨਮੂਨਾ ਕਰਤਾਰਪੁਰ ਦਾ ਪੇਸ਼ ਕੀਤਾ ਗਿਆ। ਰਾਜਨੀਤਿਕ ਤੌਰ ਤੇ, ਸਮਾਜਿਕ ਤੌਰ ਤੇ, ਆਰਥਿਕ ਤੌਰ ਤੇ ਇੱਕ ਦੂਜੇ ਦੀ ਢੇਰੀ 'ਚ ਦਾਣੇ ਪਾਉਂਦੇ ਤਾਂ ਵੇਖੇ ਗਏ, ਪਰ ਕਿਸੇ ਦੀ ਢੇਰੀ 'ਚੋਂ ਦਾਣੇ ਚੁੱਕਦੇ ਨਹੀਂ ਵੇਖੇ ਗਏ। ਉਹ ਨਮੂਨਾ ਪੰਜਾਬ 'ਚ ਪੇਸ਼ ਕਰੀਏ, ਅਸੀਂ ਕਰਾਂਗੇ, ਸਾਡੇ ਨਾਲ ਤੁਰਨ ਵਾਲੇ ਨੌਜਵਾਨ ਤਹੱਈਆ ਕਰਨ, ਇੱਥੇ ਵੰਡ ਕੇ ਛਕਣ ਵਾਲੇ ਆਉਣਗੇ। ਇੱਥੇ ਸਰਕਾਰੀ ਪੈਸਾ ਤੇ ਗੁਰੂ ਦੇ ਗੋਲਕ ਨੂੰ ਗਰੀਬ ਦਾ ਮੂੰਹ ਤਾਂ ਸਮਝ ਸਕਦੇ ਨੇ, ਪਰ ਆਪਣੇ ਲਈ ਹਰਾਮ ਸਮਝਣਗੇ, ਉਹ ਭ੍ਰਿਸ਼ਟ ਨਹੀਂ ਹੋਣਗੇ। ਨਵਾਂ ਪੰਜਾਬ ਸਿਰਜਣਾ ਹੈ ਆਰਥਿਕ ਤੌਰ ਤੇ, ਧਾਰਮਿਕ ਤੌਰ ਤੇ, ਰਾਜਨੀਤਿਕ ਤੌਰ ਤੇ। ਆਰਥਿਕ ਤੌਰ ਤੇ ਪੌਣ ਗੁਰੂ, ਪਾਣੀ ਪਿਤਾ, ਮਾਤਾ ਧਰਤ, ਮਹੱਤ ਧਰਤੀ ਕਰਕੇ ਵੀ ਅਸੀਂ ਉਹਨੂੰ ਕੁਦਰਤੀ ਖੇਤੀ ਦੇ ਰੰਗ 'ਚ ਰੰਗਣਾ ਹੈ। ਆਹ ਜਿਹੜੀ ਹਰੀ ਕ੍ਰਾਂਤੀ ਦੇ ਨਾਂ ਤੇ ਵੱਡਾ ਪੰਜਾਬ ਦਾ ਨੁਕਸਾਨ ਹੋਇਆ, ਅਸੀਂ ਮੁੜ ਕੁਦਰਤ ਵਾਂਗੂ ਉਹਨੂੰ ਸੀਮਤ ਲਿਆ ਕੇ ਬਹਾਲ ਕਰਨ ਲਈ ਨਵੇਂ ਪ੍ਰੋਗਰਾਮ ਲੈ ਕੇ ਆਵਾਂਗੇ। ਇਹ ਹੋਊਗਾ ਮਿਸ਼ਨ ਪੰਜਾਬ, ਇਹ ਹੋਊਗਾ ਪੰਜਾਬ ਜਿਤਾਓ ਪੰਜਾਬ ਬਚਾਓ, ਜਿਹਦੀ ਸ਼ੁਰੂਆਤ ਅੱਜ ਅਸੀਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ 2024 ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਰਦੇ ਹਾਂ। ਅੱਜ ਇਹ ਮੁੜ ਤੁਹਾਨੂੰ ਚੇਤਾ ਕਰਾਉਂਦੇ ਹਾਂ, ਸ੍ਰੀ ਅਨੰਦਪੁਰ ਸਾਹਿਬ ਤੋਂ ਉੱਠੀ ਆਵਾਜ਼, ਆਓ ਸਿਰਜੀਏ ਆਓ ਸਿਰਜੀਏ ਨਵਾਂ ਪੰਜਾਬ। ਇਹ ਕਿਸੇ ਸਿੱਖ ਦਾ ਇਕੱਲੇ ਦਾ ਨਾਰਾ ਨਾ ਸਮਝਣਾ, ਇਹ ਪੰਜਾਬ ਵਿੱਚ ਰਹਿਣ ਵਾਲਾ ਹਰ ਹਿੰਦੂ ਭਰਾ, ਹਰ ਮੁਸਲਿਮ ਭਰਾ, ਹਰ ਈਸਾਈ ਭਰਾ, ਹਰ ਸਿੱਖ ਭਾਈ,
ਹਰ ਤਰ੍ਹਾਂ ਦੇ ਲੋਕ ਜਿਹੜੇ ਪੰਜਾਬ 'ਚ ਰਹਿੰਦੇ ਨੇ ਉਹ ਇਸ ਨੂੰ ਆਪਣਾ ਨਿਸ਼ਾਨਾ ਪੈਮਾਨਾ ਆਪਣਾ ਏਜੰਡਾ ਸਮਝਣ। ਜੇ ਪੰਜਾਬ ਹੀ ਨਾ ਰਿਹਾ ਤੇ ਤੁਸੀਂ ਕਿੱਥੇ ਰਹੋਗੇ? ਇਸ ਲਈ ਅੱਜ ਪੰਜਾਬ ਸਿਵਿਆਂ ਤੱਕ ਲੈ ਗਏ ਨੇ ਸਿਆਸੀ ਪਾਰਟੀਆਂ ਤੇ ਸਿਆਸੀ ਲੀਡਰ। ਪੰਜਾਬ ਦੇ ਨੌਜਵਾਨੋ, ਤੁਸੀਂ ਮੋੜ ਕੇ ਲਿਆਉਣਾ ਹੈ। ਉਹਦੇ ਵਾਸਤੇ ਤੁਹਾਨੂੰ ਇਹ ਨਸ਼ੇ ਫਰੀ ਦੇ ਦਿੱਤੇ ਜਾਣ ਵਾਲੀਆਂ ਯਾਤਰਾਵਾਂ ਇਹਨਾਂ ਦਾ ਤਿਆਗ ਕਰਕੇ ਤੁਸੀਂ ਸਿਸਟਮ ਨੂੰ ਜਨਮ ਦੇਣਾ ਹੋਊ। ਪੰਜਾਬ ਦਾ ਹਰ ਨੌਜਵਾਨ ਅੱਜ ਕਮਰ ਕੱਸਾ ਕਰੇ, ਉਹ ਲੀਡਰ ਨਾ ਲੱਭੇ, ਉਹ ਖੁਦ ਆਗੂ ਬਣ ਕੇ ਅਗਵਾਈ ਕਰਨ ਦੀ ਗੱਲ ਕਰੇ। ਤੇ ਅੱਜ ਸਾਨੂੰ ਇਸ ਗੱਲ ਦਾ ਵੀ ਮਾਣ ਹੈ, ਪਿਛਲੇ ਦਿਨੀ ਅਸੀਂ ਜਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਨੂੰ ਲੈ ਕੇ ਪਿੰਡਾਂ 'ਚ ਨਿਕਲੇ, ਪਹਿਲੀ ਪੈਦਲ ਯਾਤਰਾ 18 ਕਿਲੋਮੀਟਰ ਦੀ ਕੱਢੀ ਗਈ ਭਾਈ ਗੁਰਦੇਵ ਸਿੰਘ ਕੌਂਕੇ ਜਥੇਦਾਰ ਸਾਹਿਬ ਦੇ ਨਗਰ। ਮਨੁੱਖੀ ਅਧਿਕਾਰਾਂ ਵਾਸਤੇ ਅਸੀਂ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਨਗਰ 'ਚ ਗਏ ਤੇ ਭਾਈ ਅਵਤਾਰ ਸਿੰਘ ਹੋਣਾ ਦੀ ਕਾਲ ਉੱਥੇ ਆਉਂਦੀ ਹੈ ਵੀ ਬਡਾਲਾ ਸਾਹਿਬ ਤੁਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰ ਰਹੇ ਹੋ ਤੇ ਜਿਸ ਮਹਾਂਪੁਰਸ਼ ਦਾ ਨਾਂ ਲੈ ਰਹੇ ਹੋ, ਜਸਵੰਤ ਸਿੰਘ ਖਾਲੜਾ ਸ਼ਹੀਦ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ, ਕਹਿੰਦੇ ਸਾਨੂੰ ਵੀ ਮੌਕਾ ਮਿਲਿਆ ਹੈ। ਅਸੀਂ ਉਦੋਂ ਦਾੜੀਆਂ ਨਹੀਂ ਸੀ ਆਈਆਂ, ਅਸੀਂ ਵੀ ਉਹਨਾਂ ਦੀਆਂ ਫਾਈਲਾਂ ਚੁੱਕ ਕੇ ਉਹਨਾਂ ਦੇ ਨਾਲ ਤੁਰਦੇ ਰਹੇ, ਪਰ ਸਾਨੂੰ ਪਤਾ ਨਹੀਂ ਸੀ ਇਹ ਕਰਦੇ ਕੀ। ਅੱਜ ਪਤਾ ਲੱਗਿਆ ਕਿ ਬੜੀ ਵੱਡੀ ਮਨੁੱਖੀ ਅਧਿਕਾਰਾਂ ਦੀ ਜੰਗ ਲੜਦੇ ਸਨ। ਮੇਰਾ ਦਿਲ ਕਰਦਾ ਮੈਂ ਵੀ ਆਵਾਂ ਖਾਲੜੇ ਪਿੰਡ 'ਚ। ਇਹ ਉੱਥੇ ਆਏ, ਇਹਨਾਂ ਦੀ ਮਿਲਣੀ ਨੇ ਐਸੀ ਸਾਡੀ ਮਿਲਣੀ ਬਣਾਈ, ਅਸੀਂ ਇੱਕ ਤੇ ਇੱਕ ਯਾਰਾਂ ਬਣ ਗਏ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਨਕੋਦਰ ਵਿਖੇ ਵੀ ਜਾ ਕੇ ਅਸੀਂ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ। ਅੱਜ ਬੇਸ਼ੱਕ ਪੰਜਾਬ ਸਿਆਸੀ ਦਲ ਬਦਲੂ ਲੀਡਰ ਤੇ ਪਾਰਟੀਆਂ ਤੋਂ ਬੇਚੈਨ ਹੈ। ਆਓ ਉਸ ਬੇਚੈਨੀ ਦੇ ਹੱਲ ਵਾਸਤੇ, ਨਵੇਂ ਪੰਜਾਬ ਦੀ ਸਿਰਜਣਾ ਵਾਸਤੇ ਨਵੇਂ ਚਿਹਰੇ ਮੈਦਾਨੇ ਜੰਗ ਵਿੱਚ ਲਿਆਈਏ, ਨਵੀਂ ਸੋਚ ਸਿਰਜੀਏ। ਅਸੀਂ ਉਹਨਾਂ ਨੂੰ ਨੋਟ ਵੀ ਦੇਵਾਂਗੇ, ਅਸੀਂ ਵੋਟ ਵੀ ਦੇਵਾਂਗੇ, ਅਸੀਂ ਪ੍ਰਮੋਟ ਵੀ ਕਰਾਂਗੇ, ਅਸੀਂ ਸਪੋਰਟ ਵੀ ਕਰਾਂਗੇ। ਔਰ ਕਿਸੇ ਦੀ ਮੁਥਾਜ ਨਹੀਂ ਹੋਏਗੀ, ਕੇਵਲ ਪੰਜਾਬ ਤੇ ਪੰਥ ਦੇ ਲੋਕਾਂ ਵਾਸਤੇ ਇਹ ਆਵਾਜ਼ ਹੋਏਗੀ। ਬੇਨਤੀ ਕਰਦਾ ਅੱਜ ਜਿਹੜੀ ਆਵਾਜ਼ ਇੱਥੋਂ ਦਿੱਤੀ ਜਾ ਰਹੀ ਹੈ, ਹਰ ਪੰਜਾਬੀ ਦੇਸ਼ਾਂ ਵਿਦੇਸ਼ਾਂ ਵਿੱਚ ਵਸਣ ਵਾਲੇ ਲੋਕ ਇਹਨੂੰ ਆਪਣੀ ਆਵਾਜ਼ ਸਮਝਣ, ਕਿਉਂਕਿ ਸਾਡੇ ਕੋਲ ਇੰਨਾ ਸਮਾਂ ਨਹੀਂ, ਇੰਨੇ ਸਾਧਨ ਨਹੀਂ, ਇੰਨੇ ਪੈਸੇ ਨਹੀਂ, ਤੇ ਹੋ ਸਕਦਾ ਇੰਨੇ ਬੰਦੇ ਵੀ ਨਾ ਹੋਣ ਜਿਹੜੇ ਅਸੀਂ ਬਾਕੀਆਂ ਦੀ ਤਰ੍ਹਾਂ ਇੰਨਾ ਵੱਡਾ ਖਲਾਅ ਪੈਦਾ ਕਰ ਲਈਏ। ਪਰ ਇਸ ਆਵਾਜ਼ ਨੂੰ ਜੇ ਪੰਜਾਬ ਦੇ ਲੋਕ ਚਾਹੁਣ, ਉਹ 24 ਘੰਟਿਆਂ ਦੇ ਵਿੱਚ 13,000 ਪਿੰਡਾਂ 'ਚ ਇਹਨਾਂ ਆਵਾਜ਼ਾਂ ਨੂੰ ਪਹੁੰਚਾ ਸਕਦੇ ਨੇ। ਬੇਨਤੀ ਕਰਾਂਗਾ, ਅਸੀਂ ਕਰਨਾ ਕੀ, ਇਹ ਵੀ ਆਉਣ ਵਾਲੇ ਸਮੇਂ 'ਚ ਤੁਹਾਡੇ ਸਾਹਮਣੇ ਰੱਖਿਆ ਜਾਣਾ ਹੈ। ਤੇ ਜਿਹੜੇ ਨਹੀਂ ਕਰਨਗੇ ਉਹਨਾਂ ਦਾ ਕੀ ਕਰਨਗੇ ਪੰਜਾਬ ਦੇ ਪੰਥ ਦੇ ਲੋਕ, ਉਹ ਵੀ ਤੁਹਾਡੇ ਸਾਹਮਣੇ ਅਹਿਦਨਾਮੇ ਭਰੇ ਜਾਣਗੇ। ਤੇ ਅੱਜ ਅਸੀਂ ਇੱਥੋਂ ਭਾਈ ਅਵਤਾਰ ਸਿੰਘ ਹੋਣਾ ਨੂੰ ਜਿੱਥੇ ਐਲਾਨ ਕਰਦੇ ਹਾਂ ਅਰਦਾਸ ਕਰਕੇ ਮਹਾਰਾਜ ਜੀ ਦੇ ਚਰਨਾਂ 'ਚ, ਉੱਥੇ ਇਹਨਾਂ ਨੂੰ ਵਧਾਈ ਦਿੰਦੇ, ਅਰਦਾਸ ਕਰਦੇ ਹਾਂ ਸਤਿਗੁਰੂ ਪੰਜਾਬ ਦੇ ਲੋਕ ਇਹਨਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਪੰਜਾਬ ਦੇ ਲੋਕੋ, ਤੁਹਾਡੀ ਫਿਤਰਤ ਹੈ ਗਰੀਬ ਸਿੱਖਣ ਕੋ ਦੇਊਂ ਪਾਤਸ਼ਾਹੀ। ਆਓ ਧਰਤੀ ਹੈ ਜਿਹੜੀ ਪਾਤਸ਼ਾਹੀ ਬਖਸ਼ਦੀ ਹੈ, ਸਰਦਾਰੀਆਂ ਬਖਸ਼ ਕੇ ਤੋਰਦੀ ਹੈ। ਇਹ ਹੁਣ ਅਨੰਦਪੁਰ ਸਾਹਿਬ ਤੋਂ ਆਵਾਜ਼ ਉੱਠੀ
ਤੇ ਆਨੰਦਪੁਰ ਸਾਹਿਬ ਦੀ ਆਵਾਜ਼ ਨੂੰ ਘਰ ਘਰ ਪੰਜਾਬ ਦੇ ਲੋਕ ਲੈ ਕੇ ਜਾਣਗੇ। ਭਾਈ ਅਵਤਾਰ ਸਿੰਘ ਨਗਲਾ ਲਈ ਆਓ ਇਹਨਾਂ ਦੀ ਕਾਮਯਾਬੀ ਲਈ ਅੱਜ ਆਨੰਦਪੁਰ ਸਾਹਿਬ ਤੋਂ ਦਿੱਤੀ ਆਵਾਜ਼ ਬਾਬਤ ਲਾਮਬੰਦ ਹੋਈਏ, ਘਰ ਘਰ ਆਵਾਜ਼ ਪਹੁੰਚਾ ਦਈਏ। ਆਨੰਦਪੁਰ ਸਾਹਿਬ ਤੋਂ ਉੱਠੀ ਆਵਾਜ਼ ਆਓ ਸਿਰਜੀਏ, ਆਓ ਸਿਰਜੀਏ, ਸਾਰਿਆਂ ਨੂੰ ਸਮੁੱਚੇ ਤੌਰ ਤੇ ਜੀਉ ਆਇਆ ਆਖਦਾ। ਜਿੰਨੇ ਵੀ ਸਾਡੇ ਸੇਵਾਦਾਰ ਇੱਥੇ ਪਹੁੰਚੇ ਨੇ ਔਰ ਅਸੀਂ ਇਹ ਨਿੱਜੀ ਤੌਰ ਤੇ ਗੱਲ ਕਰ ਰਹੇ, ਭਾਈ ਅਵਤਾਰ ਸਿੰਘ ਨਗਲਾ ਨੂੰ ਅਸੀਂ ਸਿੱਖ ਸਦਭਾਵਨਾ ਦਲ ਵੱਲੋਂ ਅਨਾਊਂਸ ਨਹੀਂ ਕਰ ਰਹੇ, ਅਸੀਂ ਆਪਣੇ ਤੌਰ ਤੇ ਨਿੱਜੀ ਕਰ ਰਹੇ। ਇਹ ਸਾਡੀ ਫਿਤਰਤ ਹੈ, ਸਾਡੀ ਮਨਸਾ ਹੈ, ਸਾਡੇ ਮਨ ਦੀਆਂ ਇਹ ਭਾਵਨਾਵਾਂ ਨੇ। ਹੁਣ ਸਾਨੂੰ ਕਿਸੇ ਅਦਾਲਤ ਨੇ ਇਨਸਾਫ ਨਹੀਂ ਦਿੱਤਾ, ਕਿਸੇ ਸਰਕਾਰ ਨੇ ਨਹੀਂ ਦਿੱਤਾ, ਕਿਸੇ ਪ੍ਰਸ਼ਾਸਨ ਨੇ ਨਹੀਂ ਦਿੱਤਾ। ਅਸੀਂ ਇਨਸਾਫ, ਜਮਹੂਰੀਅਤ, ਸੰਵਿਧਾਨ, ਕਾਨੂੰਨ ਵਾਸਤੇ ਅੱਜ ਅਸੀਂ ਲੋਕਾਂ ਦੀ ਕਚਹਿਰੀ 'ਚ ਉਤਰ ਆਏ ਹਾਂ। ਹੁਣ ਇਨਸਾਫ ਲੋਕਾਂ ਨੇ ਕਰਨਾ ਹੈ। ਇਹ ਹੁਣ ਲੋਕ ਸੋਚਣਗੇ ਨਿਹੰਗ ਸਿੰਘ ਜਿਵੇਂ ਬਾਟਾ ਮਾਜਦੇ ਨੇ, ਐਵੇਂ ਭ੍ਰਿਸ਼ਟ ਲੀਡਰ ਤੇ ਭ੍ਰਿਸ਼ਟ ਪਾਰਟੀਆਂ ਤੇ ਦਲ ਬਦਲੂ ਉਹ ਲੀਡਰ ਮਾਂਜ ਕੇ ਰੱਖ ਦਿਓ ਜਿਹੜੇ ਪੰਜਾਬ ਨੂੰ ਮਾਂਜਣ ਤੇ ਲੱਗੇ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।